ਗੱਲ ਇਹ ਹੈ ਕਿ ਢਿੱਲੋਂ ਸਾਹਿਬ ਦੀ ਆਪਦੀ ਫੈਸਲਾ ਹੈ, ਉਹ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਜਾਂ ਕਿਹੜੀ ਪਾਰਟੀ 'ਚ ਉਹਨਾਂ ਨੇ ਜਾਣਾ। ਲੇਕਿਨ ਜਿਹੜੀਆਂ ਗੱਲਾਂ ਢਿੱਲੋਂ ਸਾਹਿਬ ਨੇ ਕੀਤੀਆਂ, ਇੱਕ ਅੱਧੀ ਗੱਲ ਇਹ ਵੀ ਕਹੀ ਹੈ ਕਿ ਆਪਸ ਵਿੱਚ ਪਰਿਵਾਰ ਇਕੱਠਾ। ਸੋ ਮੈਂ ਤਾਂ ਇਸ ਗੱਲ ਨੂੰ 2022 ਦੇ ਚੁਣਾਵ 'ਚ ਕਹੀ ਸੀ ਇਹ ਗੱਲ ਕਿ ਮਨਪ੍ਰੀਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੈ, ਔਰ ਮਨਪ੍ਰੀਤ ਬਾਦਲ ਨੇ ਜਦੋਂ ਵਿਧਾਨ ਸਭਾ ਚੁਣਾਵ ਸੀ 2022 ਦੇ, ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ, ਸਾਬਕਾ ਸਰਪੰਚ, ਰੋਜ਼ਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ ਅਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿੱਲੋਂ ਜੀ ਦੀ ਮਦਦ ਕਰਾਈ। ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਅਤੇ ਸਾਰੇ ਇਲਾਕੇ ਨਿਵਾਸੀਆਂ ਨੂੰ ਪਤਾ, ਇਹ ਕੋਈ ਨਵਾਂ ਤਾਂ ਹੈ ਨਹੀਂ ਕਿ ਰਲੇ ਵੇ। ਪਰ ਹੁਣ ਉਹ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਹੈ ਆਦਰਨੀਆ ਢਿੱਲੋਂ ਸਾਹਿਬ ਦਾ, ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਦੋਂ ਪਾਰਟੀ ਛੱਡਣੀ, ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ। ਪਰ ਮੁਕੰਮਲ ਤੌਰ 'ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਉਹ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ, ਹੋਰ ਗੰਭੀਰ ਹੋ ਗਏ, ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਿਆ ਕਿ ਜਿਹਨਾਂ ਲੋਕਾਂ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜ੍ਹਾ ਕੀਤਾ। ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ 'ਚ ਲਿਆਂਦਾ ਗਿਆ ਸੀ ਗਿੱਦੜਬਾਜ ਵੀ ਟਿਕਟ ਉਹਨੂੰ ਦਿਆਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ 'ਚ ਜ਼ਿਆਦਾ ਵੋਟਾਂ ਪਈਆਂ ਹੋਣ। ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਵਾਂ। ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ, ਚਾਹੇ ਉਹ ਅਕਾਲੀ ਦਲ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀ, ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ। ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ। ਹੁਣ ਆ ਜਿਹੜੇ ਤਿੰਨ ਚਾਰ ਵਿਚਾਰੇ ਤੁਰੇ ਫਿਰਦੇ ਹੈ, ਤਿੰਨਾਂ ਚਾਰਾਂ ਨੇ ਹੋਰ ਵੱਡੇ ਵੱਡੀਆਂ ਫੋਟੋਆਂ ਲਾਈਆਂ, ਪੋਸਟਰਸ ਲਾਏ ਹੈ, ਪਤਾ ਨਹੀਂ ਉਹਨਾਂ ਦਾ ਕੀ ਬਣੂੰਗਾ, ਕੀ ਹੋਊਗਾ ਉਹਨਾਂ ਦੇ ਨਾਲ। ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ, ਲੇਕਿਨ ਜਦੋਂ ਤੁਸੀਂ ਪਾਰਟੀਆਂ ਐਥਿਕਸ ਛੱਡ ਦਿੰਦੀਆਂ ਆਪਦਾ ਕਿ ਸਿਧਾਂਤ ਛੱਡ ਦਿੰਦੀਆਂ, ਉਦੋਂ ਪਾਰਟੀਆਂ ਡੁੱਬ ਜਾਇਆ ਕਰਨਗੀਆਂ। ਹਾਂ, ਸ਼ੋਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਹੈ, ਸ਼ੋਰਟ ਟਰਮ ਫਾਇਦੇ ਹੋ ਜਾਂਦੇ ਹੈ ਕਿ ਸਾਲ ਵਾਸਤੇ ਕੋਈ ਫਾਇਦਾ ਹੋਜੂਗਾ, ਡੇਢ ਸਾਲ ਵਾਸਤੇ ਫਾਇਦਾ ਹੋਜੂਗਾ, ਲੇਕਿਨ ਲੰਮੇ ਚਿਰ ਵਾਸਤੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਹੈ, ਪਾਰਟੀਆਂ ਛੱਡ ਜਾਂਦੇ ਹੈ, ਦੂਜੀਆਂ ਪਾਰਟੀਆਂ 'ਚੋਂ ਆ ਕੇ ਆਪਦੀਆਂ ਪਾਰਟੀਆਂ ਲੈਂਦੇ, ਉੱਤੇ ਥੋਪੇ ਜਾਂਦੇ ਆ। ਤੁਸੀਂ ਦੇਖੋ ਮਨਪ੍ਰੀਤ ਬਾਦਲ ਨੂੰ ਇਸ ਪਾਰਟੀ 'ਚ ਲਿਆ ਕੇ ਫਾਇਨਾਂਸ ਮਿਨਿਸਟਰ ਬਣਾਤਾ ਸੀ, ਫਾਇਨਾਂਸ ਮਿਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ, ਅਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ। ਸੋ ਆਪਦੇ ਜਿਹੜੇ ਵਫ਼ਾਦਾਰ ਸਿਪਾਹੀਆਂ ਨੂੰ, ਚਾਹੇ ਉਹ ਕੋਈ ਪਾਰਟੀ ਹੈ, ਆਮ ਆਦਮੀ ਪਾਰਟੀ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਉਹਨਾਂ ਨੂੰ ਉਹਨਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਔਰ ਜਦੋਂ ਤੁਸੀਂ ਅਣਦੇਖੀ ਕਰਦੇ ਹੋ, ਬੀਜੇਪੀ ਨੂੰ 26 ਸਾਲਾਂ 'ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ। ਇਹ ਕਿਉਂ ਹੋਇਆ? ਕਿਉਂ ਬੀਜੇਪੀ ਨੂੰ ਸਾਰੇ ਨੂੰ ਪਾਸੇ ਨਾਰੇ ਕਰਤਾ ਅਤੇ ਜਾਖੜ ਸਾਹਿਬ ਨੂੰ ਉਹਦਾ ਪ੍ਰਧਾਨ ਬਣਾ ਦਿੱਤਾ। ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮੇਂ 'ਚ ਖੜ੍ਹਾ ਕੀਤਾ ਸੀ, ਉਹ ਸਾਰੇ ਨੁਕਰੇ ਲਾ ਕੇ, ਅਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਵੀ ਨਹੀਂ ਆਈ। ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਪਰਿੰਦੇ, ਜਿਹੜੇ ਕੋਈ ਕਾਂਗਰਸ ਸੀ ਜੋ ਅਕਾਲੀਆਂ ਸੀ, ਉਹ ਸਾਨੂੰ ਛੱਡ ਕੇ ਹੀ ਆਮ ਆਦਮੀ ਪਾਰਟੀ 'ਚ ਗਏ ਨਾ, ਪਹਿਲਾਂ ਤਾਂ ਦੋ ਹੀ ਪਾਰਟੀਆਂ ਸੀ, ਹੁਣ ਉਹਨਾਂ ਦਾ ਮੁਖੀ ਇੱਕ ਅਕਾਲੀ ਦਲ ਦਾ ਵਿਅਕਤੀ ਬਣਾ ਦੇਵੋਂਗੇ। ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਹੈ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ।
ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਕਿਉਂ ਆਇਆ? 3 ਸੀਟਾਂ ਜਿੱਤੀਆਂ 13 ਸੀਟਾਂ 'ਚੋਂ, ਬਾਈ ਇਲੈਕਸ਼ਨ ਮਾੜਾ ਮੋਟਾ ਉੱਚਾ ਥੱਲਾ ਸਕਦਾ। ਜ਼ਮੀਨੀ ਚੋਣ ਨੂੰ ਕਿਸ ਤਰ੍ਹਾਂ ਦੇਖਦੇ ਪਏ ਹੋ, ਕਿਸ ਨੇ ਮੁਕਾਬਲਾ ਦੇਖਦੇ ਪਏ ਹੋ ਜੇ ਤੁਹਾਨੂੰ? ਯਾਰ ਮੈਂ ਹੁਣ ਫਿਰ ਮਾਨ ਸਾਹਿਬਾਂ ਨੂੰ ਗੱਲ ਥੋੜ੍ਹੀ ਕਰਨੀ ਚਾਹੁੰਦਾ। ਮਾਨ ਸਾਹਿਬ ਤਾਂ 13-0 ਕਹਿ ਦਿੰਦੇ ਸੀ, ਮੈਂ ਯਾਰ ਇਹ ਜਦੋਂ ਮੁਕਾਬਲਾ ਪਕੂਗਾ ਉਦੋਂ ਪਤਾ ਲੱਗੇ। ਹੁਣ ਕੱਲ੍ਹ ਪਹਿਲਾਂ ਸੁਖਬੀਰ ਜੀ ਗੇੜੇ ਕੱਢ ਰਹੇ ਸੀ, ਡਿੰਪੀ ਢਿੱਲੋਂ ਜੀ ਕੱਢ ਰਹੇ ਸੀ ਪਿੰਡਾਂ 'ਚ, ਅਤੇ ਕੱਲ੍ਹ ਦਾ ਹੀ ਪਾਸਾ ਮੁੱਦਾ ਵਿੱਚ। ਇਹ ਤਾਂ ਦਿਨ ਦਿਨ ਦੀ ਸਥਿਤੀ ਹੁੰਦੀ ਹੈ, ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਔਰ ਗਿੱਦੜਬਾਹ ਦੇ ਲੋਕ ਬੜੇ ਜੁਝਾਰੂ ਲੋਕ ਹੈ, ਉਹ ਇੱਕ ਫੈਸਲਾ ਕੁਨ ਫਤਵਾ ਦੇਣਗੇ ਔਰ ਇਹੋ ਜਿਹੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੁੜ ਜਵਾਬ ਦੇਣਗੇ, ਜੋ ਮਰਜ਼ੀ ਇਹ ਚਾਹੇ ਕਰ ਲੈਣ। ਹੁਣ ਇਹ ਤਾਂ ਵਧਾਈਆਂ ਹੈ ਮਾਨ ਸਾਹਿਬ ਨੂੰ, ਭਾਦੋਂ ਚੁੱਤੀਆਂ ਕਰਾਈ ਜਾਂਦੇ ਆ। ਕੱਲ੍ਹ ਕਿਸੇ ਦਾ ਚੁਟਕਲਾ ਜਿਹਾ ਆਇਆ ਸੀ, ਕਹਿੰਦੇ ਜੇ ਜਨਵਰੀ 'ਚ ਵੋਟਾਂ ਆ ਜਾਂਦੀਆਂ ਤਾਂ ਜਨਵਰੀ 'ਚ ਤੀਆਂ ਕਰਾ ਦਿੰਦੇ, ਅਤੇ ਜੇ ਮਾਰਚ 'ਚ ਆ ਜਾਂਦੀਆਂ ਤਾਂ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਇਹਨਾਂ ਡਰਾਮਿਆਂ ਦਾ ਫਾਇਦਾ ਨਹੀਂ। ਸੁਖਬੀਰ ਬਾਦਲ 1999 'ਚ ਆਇਆ ਸੀ ਗਿੱਦੜਬਾਹ, ਅਤੇ 1999 ਜਦੋਂ ਜਗਮੀਤ ਬਰਾੜ ਨਾਲ ਚੁਣਾਵ ਲੜਿਆ, ਉਸ ਤੋਂ ਬਾਅਦ ਹੁਣ ਆਏ ਨੇ ਸੁਖਬੀਰ ਬਾਦਲ ਜੀ। ਸੋ ਕੰਮ ਫਤਿਹ ਹੋ ਜਾਣਾ, ਕਾਂਗਰਸ ਪਾਰਟੀ ਇਹ ਚੁਣਾਵ ਬਾਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ। ਸਾਨੂੰ ਸਾਰੇ ਬੰਦਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਲੋੜ।